ਸ੍ਰੀਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਲੱਡੂ ਬਣਾਵਾਂਗੇ। ਆ ਭੁੱਜੇ ਹੋਏ ਛੋਲੇ ਹੈ, ਇਹਨਾਂ 'ਤੇ ਛਿਲਕਾ ਹੈ ਨਹੀਂ ਗਾ, ਛਿਲਕਾ ਆਪਾਂ ਸਾਰਾ ਛਿਲ ਕੇ ਲਾਹਤਾ ਵੀ ਛੰਡ ਕੇ। ਭੁੱਜੇ ਹੋਏ ਛੋਲੇ ਹੈ ਇਹ, ਅਤੇ ਇਹਨਾਂ ਦੇ ਆਪਾਂ ਵੇਖੇ ਨਾ ਲੱਡੂ ਬਣਾਵਾਂਗੇ। ਆ ਮਗਜ਼ ਅਤੇ ਬਦਾਮ ਹੈ, ਦੋਨੇ ਚੀਜ਼ਾਂ ਰਲੀਆਂ ਹੋਈਆਂ, ਅਤੇ ਆਪਾਂ ਇਹਨਾਂ ਨੂੰ ਪੀਸਾਂਗੇ। ਪਾਈ ਆ ਛੋਲੇ ਆ, ਅਤੇ 50-50 ਗ੍ਰਾਮ ਆ ਹੈ ਬਦਾਮ, ਅਤੇ 50 ਗ੍ਰਾਮ ਆ ਉਜ, ਅਤੇ ਆਪਾਂ ਪਿੱਛੇ ਪਾਵਾਂਗੇ, ਉੱਤੇ ਫਿਰ ਛੋਲੇ ਪਾ ਦਿਆਂਗੇ ਆਪਾਂ। ਆਪਾਂ ਇਹਨਾਂ ਨੂੰ ਪੀਸਾਂਗੇ। ਲਓ ਆਪਣਾ ਵਧੀਆ ਪਾਊਡਰ ਬਣ ਗਿਆ ਛੋਲਿਆਂ ਦਾ, ਵਿੱਚੇ ਬਦਾਮ ਮਗਜ ਪਾਏ ਹੋਏ ਆ, ਇਹਨਾਂ ਨੂੰ ਆਪਾਂ ਕੱਢ ਲਾਂਗੇ। ਵਧੀਆ ਬਰੀਕ ਹੋ ਗਿਆ। ਅਤੇ ਆਪਣੀ ਛਿੱਟਾ ਮਿਸਰੀ ਹੈ, ਅਤੇ ਆਪਾਂ ਇਹਨੂੰ ਵੀ ਪੀਸਾਂਗੇ। ਆਪਾਂ ਮਿਸਰੀ ਵੀ ਪੀਸ ਲਈ ਹੈ, ਪਾਊਡਰ ਬਣ ਗਿਆ ਮਿਸਰੀ ਦਾ ਵੀ, ਆਪਾਂ ਇਹਨੂੰ ਕੌਲੀ 'ਚ ਕੱਢ ਲਾਂਗੇ। ਇਹ ਵੀ ਬਹੁਤ ਬਰੀਕ ਹੋ ਗਈ ਹੈ। ਆਹ ਖੋਪੇ ਦਾ ਬਰਾਦਾ, ਇਹਨੂੰ ਵੀ ਆਪਾਂ ਪੀਸਾਂਗੇ। ਖੋਪੇ ਦਾ ਬਰਾਦਾ ਵੀ ਆਪਾਂ ਪੀ ਲਿਆ, ਇਹ ਵੀ ਆਪਾਂ ਕੌਲੀ 'ਚ ਕੱਢਾਂਗੇ। ਥੋੜ੍ਹਾ ਜਿਹਾ ਠੰਡਾ ਹੁੰਦਾ ਹੈ, ਨਾਲ ਚੁੰਮੜਿਆ ਕੁਛ। ਹੁਣ ਆਪਾਂ ਕੜਾਹੀ ਧਰਾਂਗੇ। ਆ ਹੋਇਆ ਗਾ ਪਾਸਿਆਂ ਤੋਂ ਪੂਹੀ ਦੇਈਦੀ ਹੁੰਦੀ ਹੈ ਵੀ ਕੋਈ ਮਿੱਟੀ ਦਾ ਨਾ ਡਿੱਗ ਪਏ ਵਿੱਚੋਂ ਮਾੜਾ ਮੋਟਾ। ਘਿਓ ਪਾਵਾਂਗੇ, 50 ਗ੍ਰਾਮ ਤੋਂ ਜ਼ਿਆਦਾ ਆ, ਘਿਓ ਥੋੜ੍ਹਾ ਜਿਹਾ ਰੱਖਾਂਗੇ ਵਿੱਚੋਂ। ਜਦੋਂ ਘਿਓ ਗਰਮ ਹੋ ਗਿਆ ਆਪਾਂ ਛੋਲਿਆਂ ਦਾ ਪਾਊਡਰ ਪਾ ਦਿਆਂਗੇ ਵਿੱਚ। ਬਸ ਗਰਮ ਹੋ ਗਿਆ, ਬਾਹਲਾ ਖੜਕਾਉਣ ਦੀ ਤਾਂ ਕੋਈ ਲੋੜ ਨਹੀਂ, ਅਤੇ ਆਪਾਂ ਛੋਲਿਆਂ ਦਾ ਪਾਊਡਰ ਪਾ ਦਿੰਦੇ ਹਾਂ ਹੁਣ ਵਿੱਚ। ਆਪਾਂ ਹੌਲੀ ਹੌਲੀ ਮਿਲਾ ਲਾਂਗੇ, ਅਤੇ ਜ਼ਿਆਦਾ ਭੁੰਨਣ ਦੀ ਵੀ ਨਹੀਂ ਲੋੜ, ਭੁੱਜੇ ਛੋਲੇ ਹੈ। ਇਹ ਨਿਗਾਹ ਤੋਂ, ਸਿਰ ਤੋਂ, ਲੱਤਾਂ ਬਾਹਾਂ ਤੋਂ ਬਹੁਤ ਚੰਗੀ ਚੀਜ਼ ਹੈ ਇਹ। ਮਿਸ਼ਰੀ ਵੀ ਠੰਡੀ ਹੁੰਦੀ ਹੈ, ਇਹ ਠੰਡੀ ਚੀਜ਼ ਹੈ ਸਾਰੀ। ਸ਼ੂਗਰ ਸ਼ਾਗਰ ਵਾਲਾ ਵੀ ਖਾ ਸਕਦਾ, ਉਹਨੂੰ ਵੀ ਚੰਗੇ, ਬਹੁਤ ਚੰਗੇ ਹੈ। ਬਦਾਮ ਆਪਾਂ ਥੋੜ੍ਹੇ ਹੀ ਪਾਏ ਆ, ਅਤੇ ਮਗਜ਼ ਥੋੜ੍ਹੇ ਜ਼ਿਆਦਾ ਹੈ ਜੀ, ਅਤੇ ਬਦਾਮ ਘੱਟ ਹੀ ਹੈ ਥੋੜ੍ਹੇ ਜਿਹੇ।
थोड़ा इलायची पाउडर पावांगे आप बिच। इलायची पाउडर पावांगे, थोड़ा जोर पावांगे। इना टेस्ट वधिया बन जाता है। खोपे का बरादा भी पावांगे। आप चंगी तरह सारिया चीज़ा मिक्स कर लिया। हूँ आप मिश्री पावांगे। मिश्री का पाउडर बनाया होया गा। ठंडी होंगी है, बहुत वधिया मिश्री होंगी है। यह चिट्टा मिश्री आप हम लावन लगे हैं तो ला के लावे थले चंगी तरह। उत्ते एक ज़्यादा सेक लग जूगा तो फिर मच भी ना जाए। जो किसी ने वध मिठा पाना खाना हो देसी खंड भी बिच पा सकता माड़ी मोटी भी जो मिश्री वाले घट लगे तो पर आप नहीं पाते आप ही रखांगे। जो थोड़ा ठंडा हो गया समान तो उदो आप लड्डू वट्टांगे। हले गर्म है हजे बहुत। हम कुछ ठंडे हो गए लड्डू अपने बेसन ठंडा हो गया तो आप लड्डू वट्टांगे। भुरभरे जो लड्डू बन गए भुरभरे ठीक होंगे है। आया करके आप सारे वट लाने बहुत वधिया बने हैं। इस तरह बने हैं बहुत वधिया लड्डू बने हैं। बहुत सिर सुर दुखदे तो लत्तां दुखदियां तो निगाह तो बहुत चंगे है। जे साडे वीडियो पसंद लगी लाइक करो शेयर करो चैनल नूं सबसक्राइब करो।